ਸਾਡੇ ਪੰਪ ਤੋਂ ਥੋੜ੍ਹੀ ਦੇਰ ਬਾਅਦ ਤੇਲ ਬੰਦੇ ਪਾਉਣ ਆਏ ਦੋ ਜਣੇ ਆ ਕੇ ਤੇਲ ਪਾਇਆ ਉਹਨਾਂ ਫਿਰ ਕੈਸ਼ ਮੰਗਿਆ ਫਿਰ ਕੈਸ਼ ਲੁੱਟਣ ਦੀ ਉਹਨਾਂ ਕੋਸ਼ਿਸ਼ ਕੀਤੀ ਮੇਰੇ ਪਸਤੌਲ ਰੱਖਿਆ ਫਿਰ ਮੈਂ ਉਹਨਾਂ ਕੈਸ਼ ਨਹੀਂ ਦਿੱਤਾ ਫਿਰ ਮੈਂ ਅੰਦਰੋਂ ਭੱਜ ਕੇ ਪਸਤੌਲ ਲੈ ਕਿ ਮੈਂ ਐਸੇ ਝੂਠਾ ਪਈ ਮੈਂ ਪਸਤੌਲ ਲੈ ਕੇ ਆਉਂਦਾ ਅਤੇ ਫਿਰ ਉਹ ਭੱਜ ਗਏ ਸਾਡੀ ਸਰਕਾਰ ਤੋਂ ਦੋ ਜਣੇ ਜੀ ਸਾਡੀ ਸਰਕਾਰ ਹੁਣ 50 ਰੁਪਏ ਪਾਇਆ ਉਸ ਤੋਂ ਬਾਅਦ ਮੇਰੀ ਇੱਥੇ ਪਸਤੌਰਾ ਥਾ ਕੀ ਕਹਿਣਾ ਚਾਹੋਗੇ ਲਗਾਤਾਰ ਪੈਟਰੋਲ ਪੰਪਾਂ ਜਿਹੜੀਆਂ ਲੁੱਟਾਂ ਖੋਹਾਂ ਹੋ ਰਹੀਆਂ ਅਸੀਂ ਸਰਕਾਰ ਕੋਲ ਇਹ ਮੰਗ ਕਰਦੇ ਹਾਂ ਵੀ ਇਹ ਲੁੱਟਾਂ ਖੋਹਾਂ ਬੰਦ ਕੀਤੀਆਂ ਜਾਣ ਅਸੀਂ ਸਾਰੀ ਮੌਕੇ 'ਤੇ ਪਹੁੰਚੇ ਹਾਂ ਸਾਨੂੰ ਇੱਥੇ ਆ ਕੇ ਪਤਾ ਲੱਗਾ ਵੀ ਇੱਦਾਂ ਪੈਟਰੋਲ ਪੰਪ 'ਤੇ ਖੋਹ ਗਈ ਆ ਅਸੀਂ ਨਾਕਾ ਲਾ ਗਏ ਜਾਂ ਕਿੱਦਾਂ ਵੀ ਆ ਫੋਟੋਆਂ ਚੈੱਕ ਕੀਤੀਆਂ ਕੈਮਰੇ ਚੈੱਕ ਕੀਤੇ ਆ ਜੋ ਉਹਨਾਂ ਹੁਲੀਏ ਮੁਤਾਬਕ ਜਿਹੜਾ ਵੀ ਬੰਦਾ ਨਾਕਾ ਲਾ ਕੇ ਚੈੱਕ ਕਰਦੇ ਹਾਂ ਜਿਹੜਾ ਉਹ ਕਾਰਵਾਈ ਕੀਤੀ ਜਾਵੇ ਸਾਡੇ ਪੰਪ ਤੋਂ ਥੋੜ੍ਹੀ ਦੇਰ ਬਾਅਦ ਤੇਲ ਬੰਦੇ ਪਾਉਣ ਆਏ ਦੋ ਜਣੇ ਆ ਕੇ ਤੇਲ ਪਾਇਆ ਉਹਨਾਂ ਫਿਰ ਕੈਸ਼ ਮੰਗਿਆ ਫਿਰ ਕੈਸ਼ ਲੁੱਟਣ ਦੀ ਉਹਨਾਂ ਕੋਸ਼ਿਸ਼ ਕੀਤੀ ਮੇਰੇ ਪਸਤੌਲ ਰੱਖਿਆ ਫਿਰ ਮੈਂ ਉਹਨਾਂ ਕੈਸ਼ ਨਹੀਂ ਦਿੱਤਾ ਫਿਰ ਮੈਂ ਅੰਦਰੋਂ ਭੱਜ ਕੇ ਪਸਤੌਲ ਲੈ ਕਿ ਮੈਂ ਐਸੇ ਝੂਠਾ ਪਈ ਮੈਂ ਪਸਤੌਲ ਲੈ ਕੇ ਆਉਂਦਾ ਅਤੇ ਫਿਰ ਉਹ ਭੱਜ ਗਏ ਸਾਡੀ ਸਰਕਾਰ ਤੋਂ ਦੋ ਜਣੇ ਜੀ ਸਾਡੀ ਸਰਕਾਰ ਹੁਣ 50 ਰੁਪਏ ਪਾਇਆ ਉਸ ਤੋਂ ਬਾਅਦ ਮੇਰੀ ਇੱਥੇ ਪਸਤੌਰਾ ਥਾ ਕੀ ਕਹਿਣਾ ਚਾਹੋਗੇ ਲਗਾਤਾਰ ਪੈਟਰੋਲ ਪੰਪਾਂ ਜਿਹੜੀਆਂ ਲੁੱਟਾਂ ਖੋਹਾਂ ਹੋ ਰਹੀਆਂ ਅਸੀਂ ਸਰਕਾਰ ਕੋਲ ਇਹ ਮੰਗ ਕਰਦੇ ਹਾਂ ਵੀ ਇਹ ਲੁੱਟਾਂ ਖੋਹਾਂ ਬੰਦ ਕੀਤੀਆਂ ਜਾਣ ਅਸੀਂ ਸਾਰੀ ਮੌਕੇ 'ਤੇ ਪਹੁੰਚੇ ਹਾਂ ਸਾਨੂੰ ਇੱਥੇ ਆ ਕੇ ਪਤਾ ਲੱਗਾ ਵੀ ਇੱਦਾਂ ਪੈਟਰੋਲ ਪੰਪ 'ਤੇ ਖੋਹ ਗਈ ਆ ਅਸੀਂ ਨਾਕਾ ਲਾ ਗਏ ਜਾਂ ਕਿੱਦਾਂ ਵੀ ਆ ਫੋਟੋਆਂ ਚੈੱਕ ਕੀਤੀਆਂ ਕੈਮਰੇ ਚੈੱਕ ਕੀਤੇ ਆ ਜੋ ਉਹਨਾਂ ਹੁਲੀਏ ਮੁਤਾਬਕ ਜਿਹੜਾ ਵੀ ਬੰਦਾ ਨਾਕਾ ਲਾ ਕੇ ਚੈੱਕ ਕਰਦੇ ਹਾਂ ਜਿਹੜਾ ਉਹ ਕਾਰਵਾਈ ਕੀਤੀ ਜਾਵੇ।